Hello everyone, myself Raman Sharma. As an IELTS trainer, recently I have uploaded different kinds of the trick based videos on my YouTube channel. The ਤੁਹਾਨੂੰ ਵੀਡੀਓ ਨੂੰ ਦੇਖ ਕੇ ਪਤਾ ਲੱਗਦਾ ਹੀ ਹੋਏਗਾ ਕਿ ਤੁਹਾਨੂੰ ਇੱਕ ਐਵੇਂ ਦਾ ਟ੍ਰੇਨਰ ਮਿਲਿਆ ਜਿਹੜਾ ਬਾਇਲਿੰਗੁਅਲ ਮੈਥਡ ਨਾਲ ਪੜ੍ਹਾਉਂਦਾ ਹੈਗਾ। ਮੈਂ ਪੰਜਾਬੀ ਵੀ ਬਹੁਤ ਵਧੀਆ ਤਰੀਕੇ ਨਾਲ ਪੜ੍ਹਾ ਕੇ ਤੇ ਉਸ ਤੋਂ ਬਾਅਦ ਇੰਗਲਿਸ਼ ਚ ਉਸ ਚੀਜ਼ ਨੂੰ ਟ੍ਰਾਂਸਲੇਟ ਕਰਕੇ ਸਮਝਾਉਣਾ ਤੇ ਜਿਹਦੇ ਨਾਲ ਬੱਚਿਆਂ ਦਾ ਐਗਜ਼ਾਮ ਕਲੀਅਰ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਹੁੰਦੀ ਹੈ। ਤੇ ਟੂ ਬੀ ਵੈਰੀ ਆਨੈਸਟ, ਮੈਂ ਬਹੁਤ ਤਰ੍ਹਾਂ ਦੀਆਂ ਵੀਡੀਓਜ਼ ਨੇ ਜਿਨ੍ਹਾਂ ਨੂੰ ਅਪਲੋਡ ਕੀਤਾ ਤੇ ਬਹੁਤ ਸਾਰੇ ਬੱਚਿਆਂ ਦੇ ਬੜੇ ਪੋਜ਼ਿਟਿਵ ਵਾਈਬਸ ਆਈਆਂ ਤੇ ਉਹ ਸਾਨੂੰ ਇੱਕ ਬੂਸਟ ਕਰਦੀਆਂ ਨੇ ਕਿ ਅਸੀਂ ਹਰ ਰੋਜ਼ ਆਇਲਸ ਦਾ ਇੱਕ ਨਵਾਂ ਕਨਸੈਪਟ ਹੈ ਜਿਹੜਾ ਉਹ ਲੈ ਕੇ ਆਈਏ। ਮੇਰੀਆਂ ਵੀਡੀਓਜ਼ ਉਹ ਬੱਚਿਆਂ ਲਈ ਬਹੁਤ ਫਾਇਦੇਮੰਦ ਹੁੰਦੀਆਂ ਨੇ ਜਿਹੜੀਆਂ ਕਿਸੇ ਕਾਰਨ ਕਰਕੇ ਇੰਸਟੀਟਿਊਟ ਨੂੰ ਜੁਆਇਨ ਨਹੀਂ ਕਰ ਸਕਦੇ, ਜਾਂ ਕੋਈ ਟਰਾਂਸਪੋਰਟ ਪ੍ਰੋਬਲਮ ਕਰਕੇ ਕਿਸੇ ਇੰਸਟੀਟਿਊਟ ਨਹੀਂ ਜਾ ਸਕਦੇ, ਜਾਂ ਫੈਮਿਲੀ ਦੀ ਤੁਹਾਡੀ ਇਕਨੋਮਿਕਲ ਕੰਡੀਸ਼ਨ ਕਰਕੇ ਉਹ ਆਪਣੇ ਇੰਸਟੀਟਿਊਟ ਨੂੰ ਜੁਆਇਨ ਨਹੀਂ ਕਰ ਸਕਦੇ। ਤਾਂ ਟੂ ਬੀ ਵੈਰੀ ਆਨੈਸਟ, ਇੱਕ ਬੱਚਾ ਘਰੇ ਬਹਿ ਕੇ ਵੀ ਮੇਰੀਆਂ ਵੀਡੀਓ ਤੋਂ ਬਹੁਤ ਕੁਝ ਸਿੱਖ ਸਕਦਾ ਹੈਗਾ ਤੇ ਉਹ ਆਪਣੇ ਐਗਜ਼ਾਮ ਨੂੰ ਕਲੀਅਰ ਕਰ ਸਕਦਾ ਹੈਗਾ। ਅੱਜ ਦੀ ਜੋ ਮੈਂ ਵੀਡੀਓ ਬਣਾਉਣ ਲੱਗਿਆ, ਇਹ ਵੀਡੀਓ ਬਹੁਤ ਸਾਰੇ ਮੈਸੇਜਸ ਮੈਨੂੰ ਆਪਣੇ ਸਟੂਡੈਂਟ ਕੈਨੇਡਾ ਤੋਂ, ਬਹੁਤ ਬੱਚਿਆਂ ਨੇ ਮੈਸੇਜ ਆਏ ਆਸਟ੍ਰੇਲੀਆ ਤੋਂ ਆਏ, ਜਿਹੜੇ ਬੱਚੇ ਆਪਣੀ ਪੀਆਰ ਦੀ ਫਾਈਲ ਲਾਉਣ ਦੇ ਲਈ ਤਿਆਰ ਬੈਠੇ ਆ ਪਰ ਉਹਨਾਂ ਨੂੰ ਆਇਲਸ ਦਾ ਜਰਨਲ ਮੋਡਿਊਲ ਹੈ ਜਿਹੜਾ ਉਹ ਕਲੀਅਰ ਕਰਨਾ ਪੈਂਦਾ ਹੈਗਾ। ਜਰਨਲ ਦੇ ਵਿੱਚ 8777 ਬੈਂਡ ਦੀ ਰਿਕੁਆਇਰਮੈਂਟ ਹੈ, ਇਹ ਹਰ ਇੱਕ ਬੱਚੇ ਨੂੰ ਪਤਾ ਹੈ। ਤੇ ਇਹ ਵੀਡੀਓ ਇਕੱਲੇ ਕੈਨੇਡਾ ਜਾਂ ਆਸਟ੍ਰੇਲੀਆ ਨਹੀਂ ਬਲਕਿ ਇੰਡੀਆ ਦੇ ਵਿੱਚ ਰਹਿ ਰਹੇ ਉਹ ਸਾਰੇ ਬੱਚਿਆਂ ਲਈ ਆ ਜੋ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਲੈਣਾ ਚਾਹੁੰਦੇ ਹੋ, ਕਿਸੇ ਵੀ ਕੰਟਰੀ ਦੀ ਹੋ ਸਕਦੀ ਹੈ। ਆਇਲਸ ਦੇ ਵਿੱਚ ਲਿਸਨਿੰਗ, ਰੀਡਿੰਗ ਤੇ ਸਪੀਕਿੰਗ ਦੇ ਵਿੱਚੋਂ ਸਕੋਰ ਬੜੇ ਆਰਾਮ ਨਾਲ ਮਿਲ ਜਾਂਦਾ ਹੈ, ਪਰ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਰਾਈਟਿੰਗ ਦੀ। ਰਾਈਟਿੰਗ ਦੇ 9 ਬੈਂਡ ਹੁੰਦੇ ਆ, ਟਾਸਕ 1 ਦੇ 3 ਨੇ ਤੇ ਟਾਸਕ 2 ਦੇ 6 ਨੇ, ਮਤਲਬ ਕਿ ਜਰਨਲ ਦੀ ਰਾਈਟਿੰਗ ਦਾ ਟਾਸਕ 1 ਹੈ ਜਿਹੜਾ ਉਹ ਲੈਟਰਸ ਨੇ। ਮੈਂ ਆਪਣੀ ਲਾਸਟ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਕਿ ਲੈਟਰਸ ਜਿਹੜੇ ਆ ਉਹ ਫਾਰਮਲ, ਸੈਮੀ ਫਾਰਮਲ ਤੇ ਇਨਫਾਰਮਲ, ਇਹ 3 ਕਾਇੰਡਸ ਦੇ ਜਿਹੜੇ ਲੈਟਰਸ ਹੁੰਦੇ ਆ। ਤੇ ਅੱਜ ਦੀ ਮੈਂ ਤੁਹਾਨੂੰ ਇੱਕ ਸਟੇਟਮੈਂਟ ਸ਼ੋਅ ਕਰੂੰਗਾ ਤੇ ਸਟੇਟਮੈਂਟ ਨੂੰ ਸ਼ੋਅ ਕਰਨ ਤੋਂ ਬਾਅਦ ਮੈਂ ਤੁਹਾਨੂੰ ਇਹ ਸਮਝਾਉਂਗਾ ਕਿ ਆਪਾਂ ਕਿਸ ਤਰੀਕੇ ਨਾਲ ਆਈਡੈਂਟੀਫਾਈ ਕਰ ਸਕਦੇ ਹਾਂ ਕਿ ਜਿਹੜਾ ਸਾਡਾ ਲੈਟਰ ਹੈ ਉਹ ਕਿਹੜੀ ਕਾਇੰਡ ਦਾ। ਮੈਂ ਇੱਕ ਇੱਕ ਅੱਖਰ, ਇੱਕ ਇੱਕ ਚੀਜ਼ ਕਲੀਅਰ ਕਰਾਊਂਗਾ। ਜੇਕਰ ਤੁਸੀਂ ਵੀਡੀਓ ਨੂੰ ਬਹੁਤ ਵਧੀਆ ਤਰੀਕੇ ਨਾਲ ਦੇਖੋਗੇ ਤਾਂ ਅੱਜ ਤੋਂ ਬਾਅਦ ਰਾਈਟਿੰਗ ਦੇ ਵਿੱਚ ਤੁਹਾਨੂੰ ਜਰਨਲ ਦੇ ਬੱਚਿਆਂ ਲਈ ਟਾਸਕ 1 ਦੇ ਲੈਟਰ ਦੇ ਵਿੱਚ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਏਗੀ। ਸੋ ਵਿਦਾਊਟ ਵੇਸਟਿੰਗ ਅ ਟਾਈਮ ਆਪਾਂ ਸ਼ੁਰੂ ਕਰਦੇ ਹਾਂ ਰਾਈਟਿੰਗ ਟਾਸਕ 1 ਲੈਟਰਸ। ਜਿਵੇਂ ਕਿ ਮੈਂ ਤੁਹਾਨੂੰ ਹੁਣੇ ਆਪਣੇ ਵੀਡੀਓ ਦੇ ਵਿੱਚ ਦੱਸ ਕੇ ਹਟਿਆ ਕਿ ਅੱਜ ਅਸੀਂ ਤੁਹਾਨੂੰ ਇੱਕ ਲੈਟਰ ਪੜ੍ਹਾਵਾਂਗੇ ਤੇ ਮੈਂ ਉਸ ਨੂੰ ਪ੍ਰੋਪਰਲੀ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕਰੂੰਗਾ ਤੇ ਮੈਮ ਨੇ ਜਿਹੜੀ ਉਹਦੀ ਪੰਜਾਬੀ ਬਣਾ ਕੇ ਤੁਹਾਨੂੰ ਸਮਝਾਉਣਗੇ ਤੇ ਡੈਫੀਨੇਟਲੀ ਤੁਹਾਡੇ ਲਈ ਬਹੁਤ ਹੈਲਪਫੁਲ ਹੋਏਗਾ। ਜਿਹੜੇ ਬੱਚੇ ਮੇਰੀਆਂ ਆਨਲਾਈਨ ਕਲਾਸਿਸ ਨਹੀਂ ਵੀ ਲਗਾ ਸਕਦੇ ਤਾਂ ਡੋਂਟ ਵਰੀ, ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਆਨਲਾਈਨ ਕਲਾਸਿਸ ਲਾ ਕੇ ਹੀ ਸਿੱਖ ਸਕਦੇ ਹੋ। ਮੇਰੀਆਂ ਵੀਡੀਓਜ਼ ਵੀ ਤੁਹਾਡੇ ਲਈ ਦਿਲੋਂ ਮੈਂ ਪੜਾਉਣਾ ਦੇ ਵੈਲਿਊਏਬਲ ਹੋਣਗੀਆਂ ਤਾਂ ਡੈਫੀਨੇਟਲੀ ਮੈਨੂੰ ਸ਼ੁਰੂ ਕਰਦਾ। ਔਨ ਅ ਰੀਸੈਂਟ ਹੋਲੀਡੇ ਯੂ ਲੋਸਟ ਅ ਵੈਲਿਊਏਬਲ ਆਈਟਮ। ਹਾਂਜੀ, ਉਹ ਕਹਿੰਦੇ ਕਿ ਤੁਸੀਂ ਇੱਕ ਰੀਸੈਂਟ ਹੋਲੀਡੇ ਤੇ ਗਏ ਤੇ ਉੱਥੇ ਤੁਸੀਂ ਕੋਈ ਨਾ ਵੈਲਿਊਏਬਲ ਆਈਟਮ ਸੀ, ਕੋਈ ਇੰਪੋਰਟੈਂਟ ਚੀਜ਼ ਸੀ ਤੁਹਾਡੇ ਵਾਸਤੇ ਜਿਹੜੀ ਤੁਸੀਂ ਉੱਥੇ ਤੁਹਾਡੀ ਗੁੰਮ ਹੋ ਗਈ। ਓਕੇ, ਫੋਰਚੂਨੇਟਲੀ ਯੂ ਹੈਵ ਟ੍ਰੈਵਲ ਇੰਸ਼ੋਰੈਂਸ ਟੂ ਕਵਰ ਦਾ ਕੋਸਟ ਆਫ ਐਨੀਥਿੰਗ ਲੋਸਟ। ਹਾਂਜੀ, ਕਹਿੰਦੇ ਕਿਸਮਤ ਨਾਲ ਤੁਹਾਡੇ ਕੋਲ ਨਾ ਟ੍ਰੈਵਲ ਇੰਸ਼ੋਰੈਂਸ ਹੈਗੀ ਸੀ, ਜਿਹਦੇ ਨਾਲ ਕੀ ਆ ਕਿ ਜੋ ਵੀ ਚੀਜ਼ ਤੁਹਾਡੀ ਗੁੰਮ ਹੋ ਗਈ ਉਹਦੀ ਤੁਸੀਂ ਇੰਸ਼ੋਰੈਂਸ ਤੁਹਾਨੂੰ ਉਹਦੀ ਮਿਲ ਜਾਣੀ ਸੀ। ਓਕੇ, ਵੈਰੀ ਗੁੱਡ, ਉਹਦੇ ਜਿਹੜੇ ਪੈਸੇ ਆ ਉਹ ਮਿਲਣੇ ਸੀ। ਹਾਂ, ਠੀਕ ਆ। ਰਾਈਟ ਅ ਲੈਟਰ ਟੂ ਦਾ ਮੈਨੇਜਰ, ਮਤਲਬ ਕਿ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਲੱਗਿਆ ਕਿ ਆਪਾਂ ਜਿਹੜਾ ਸਭ ਤੋਂ ਪਹਿਲਾਂ ਉਹ ਕਹਿ ਰਹੇ ਨੇ ਕਿ ਲੈਟਰ ਲਿਖਣਾ ਸੀ ਆਪਣੇ ਇੱਕ ਮੈਨੇਜਰ ਨੂੰ ਆਫ ਇੰਸ਼ੋਰੈਂਸ ਕੰਪਨੀ। ਬਿਲਕੁਲ, ਇਨ ਯੂਅਰ ਲੈਟਰ ਕੀ ਕੀ ਚੀਜ਼ਾਂ ਆਪਣੇ ਐਡ ਕਰਨੀਆਂ ਨੇ, ਡਿਸਕ੍ਰਾਈਬ ਦਾ ਆਈਟਮ ਯੂ ਲੋਸਟ। ਹਾਂਜੀ, ਉਹ ਕਹਿ ਰਹੇ ਕਿ ਤੁਸੀਂ ਇੰਸ਼ੋਰੈਂਸ ਕੰਪਨੀ ਦੇ ਮੈਨੇਜਰ ਨੂੰ ਇੱਕ ਲੈਟਰ ਲਿਖੋ ਜਿਹਦੇ ਵਿੱਚ ਤੁਹਾਡੇ ਲਈ ਕੀ ਜ਼ਰੂਰੀ ਆ ਕਿ ਤੁਸੀਂ ਕੀ ਕੀ ਚੀਜ਼ਾਂ ਉਹਦੇ ਵਿੱਚ ਲਿਖਣੀਆਂ ਨੇ। ਸਭ ਤੋਂ ਪਹਿਲਾਂ ਲਿਖਣਾ ਡਿਸਕ੍ਰਾਈਬ ਦੀ ਆਈਟਮ ਯੂ ਲੋਸਟ। ਐਕਸਪਲੇਨ ਹਾਊ ਯੂ ਲੋਸਟ ਇਟ। ਐਕਸਪਲੇਨ ਕਰਨਾ, ਪਹਿਲੀ ਗੱਲ ਤਾਂ ਉਹ ਗੁੰਮੀ ਕੀ ਚੀਜ਼ ਹੈ, ਦੂਸਰੀ ਤੇ ਉਹ ਕਿਵੇਂ ਗੁੰਮੀ, ਆਪਾਂ ਨੇ ਉਸ ਚੀਜ਼ ਨੂੰ ਐਕਸਪਲੇਨ ਕਰਨਾ। ਮੈਂ ਕਹਿੰਦਾ ਜਿਵੇਂ ਨਾ ਆਪਾਂ ਸਪੀਕਿੰਗ ਕਰਦੇ ਹੁੰਦੇ ਆ ਉਹ ਚ ਬੁਲੇਟ ਪੁਆਇੰਟਸ ਹੁੰਦੇ ਹੈਗੇ, ਹਨਾ, ਟਾਸਕ 2 ਹਨਾ, ਜਿਵੇਂ ਆਪਾਂ ਕਹਿੰਦੇ ਆ ਉਹਦਾ ਸੇਮ ਹੀ ਆ। ਜਿਵੇਂ ਅਸੀਂ ਦੇਖੋ ਕਿਊ ਕਾਰਡ ਤਾਂ ਸਾਰੇ ਵਾਸਤੇ ਸੇਮ ਹੀ ਹੁੰਦਾ ਤੇ ਜੋ ਅਸੀਂ ਜਦੋਂ ਕਿਊ ਕਾਰਡ ਕਰਦੇ ਆ ਉਹਦੇ ਚ ਸਾਡੇ ਕੋਲ ਬੁਲੇਟ ਪੁਆਇੰਟਸ ਹੁੰਦੇ ਆ ਤੇ ਮੈਂ ਇਹਨੂੰ ਵੀ ਬੁਲੇਟ ਪੁਆਇੰਟ ਹੀ ਸਮਝੂੰਗੀ ਕਿਉਂਕਿ ਆਪਾਂ ਇਹਨੂੰ ਐਕਸਪਲੇਨ ਕਰਨਾ ਹੁੰਦਾ ਹੈ। ਓਕੇ, ਟੈਲ ਦਾ ਇੰਸ਼ੋਰੈਂਸ ਕੰਪਨੀ ਵਾਟ ਯੂ ਵੁੱਡ ਲਾਈਕ ਥੈਮ ਟੂ ਡੂ। ਹਾਂਜੀ, ਹੁਣ ਆਪਾਂ ਨੇ ਇੰਸ਼ੋਰੈਂਸ ਕੰਪਨੀ ਨੂੰ ਮਤਲਬ ਪੁੱਛਣਾ ਹੈ ਕਿ ਹੁਣ ਦੱਸੋ ਮੈਨੂੰ ਕੀ ਕਰਨਾ ਚਾਹੀਦਾ ਹੈ। ਓਕੇ, ਡੈਫੀਨੇਟਲੀ, ਮਤਲਬ ਕਿ ਹੋ ਗਿਆ ਕਿ ਆਪਣੇ ਕੋਲ 3 ਬੁਲੇਟ ਪੁਆਇੰਟ ਨੇ। ਪਹਿਲੇ ਚ ਆਪਾਂ ਦੱਸਾਂਗੇ ਆਈਟਮ ਕਿਹੜੀ ਖੋਈ ਹੈ, ਦੂਜੇ ਦੱਸਾਂਗੇ ਆਪਾਂ ਵੀ ਕਿਵੇਂ ਖੋਈ ਹੈ, ਤੇ ਟੈਲ ਦਾ ਇੰਸ਼ੋਰੈਂਸ ਕੰਪਨੀ ਵਾਟ ਯੂ ਵੁੱਡ ਲਾਈਕ ਥੈਮ ਟੂ ਡੂ, ਵੀ ਉਹ ਕੀ ਕਰਨ ਤੁਹਾਡੇ ਲਈ। ਹਾਂਜੀ ਹਾਂਜੀ, ਮਤਲਬ ਆਪਾਂ ਨੇ ਉਹਨੂੰ ਪੁੱਛਣਾ ਵੀ ਹਾਂਜੀ ਤੁਸੀਂ ਮੈਨੂੰ ਦੱਸੋ ਮੈਂ ਹੁਣ ਕੀ ਕਰਾਂ। ਤਾਂ ਡੈਫੀਨੇਟਲੀ ਜਦੋਂ ਆਪਾਂ ਨੂੰ ਹੁਣ ਲੈਟਰ ਪੜ੍ਹੇ ਤੋਂ ਬਾਅਦ ਜਦੋਂ ਆਪਾਂ ਨੂੰ ਇਹ ਵੀ ਬੜਾ ਕਲੀਅਰ ਹੋ ਗਿਆ ਕਿ ਲਿਖਣਾ ਕਿਹਨੂੰ ਹੈ, ਮੈਨੇਜਰ ਨੂੰ। ਹਾਂਜੀ, ਹੁਣ ਦੇਖੋ ਜਦੋਂ ਮੈਂ ਕੀ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਆਪਾਂ ਕੋਈ ਲੈਟਰ ਲਿਖਦੇ ਹਾਂ
ਅਸੀਂ ਨਾ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਅਸੀਂ ਕਿਹਾ ਸੀਗਾ ਕਿ ਤਿੰਨ ਚੀਜ਼ਾਂ ਨੇ ਜਿਹੜੀਆਂ ਸਾਡੇ ਲਈ ਜ਼ਰੂਰੀ ਨੇ। ਫਸਟ ਤੇ ਕੌਣ ਹੈ? ਰੈਸੀਪੀਐਂਟ। ਰੈਸੀਪੀਐਂਟ ਕੌਣ ਹੁੰਦਾ? ਜਿਹਨੇ ਪਿਛਲੀ ਵੀਡੀਓ ਦੇਖੀ ਉਹਨੂੰ ਕਲੀਅਰ ਹੋਏਗਾ, ਰੈਸੀਪੀਐਂਟ ਹੁੰਦਾ ਜਿਹਨੂੰ ਅਸੀਂ ਲੈਟਰ ਲਿਖ ਰਹੇ ਹਾਂ। ਠੀਕ ਹੈ, ਹੁਣ ਤੁਸੀਂ ਸਭ ਤੋਂ ਪਹਿਲਾਂ ਦੇਖਣਾ ਤੁਹਾਡਾ ਰੈਸੀਪੀਐਂਟ ਕੌਣ ਹੈ। ਰੈਸੀਪੀਐਂਟ ਕੌਣ ਹੈ ਸਰ? ਮੈਨੇਜਰ ਨੂੰ ਆਊਟਲਾਈਨ ਕਰ ਦਿਓ, ਕਿਉਂਕਿ ਤੁਹਾਡਾ ਲੈਟਰ ਰੀਡ ਕੌਣ ਕਰ ਰਿਹਾ? ਮੈਨੇਜਰ। ਮੈਨੇਜਰ ਰੀਡ ਕਰ ਰਿਹਾ, ਸੋ ਮੈਨੇਜਰ ਕੀ ਹੋ ਗਿਆ? ਰੈਸੀਪੀਐਂਟ ਹੋ ਗਿਆ। ਹੁਣ ਤੁਸੀਂ ਇੱਕ ਚੀਜ਼ ਦੇਖੋ, ਜਦੋਂ ਮੈਨੇਜਰ ਰੈਸੀਪੀਐਂਟ ਹੋ ਗਿਆ, ਹੁਣ ਤੁਸੀਂ ਦੇਖੋ ਉਹ ਕੌਣ ਹੈ ਤੁਹਾਡੇ ਉੱਪਰ? ਹਾਈ ਅਥਾਰਿਟੀ ਹੈ। ਡੈਫੀਨਿਟਲੀ। ਠੀਕ ਹੈ, ਸੋ ਰੈਸੀਪੀਐਂਟ ਕੀ ਹੈ ਸਾਡੇ ਲਈ? ਇੱਕ ਹਾਈ ਅਥਾਰਿਟੀ ਹੈ। ਯੈਸ, ਹਾਈ ਅਥਾਰਿਟੀ ਪਲੱਸ ਉਹ ਤੁਹਾਡੇ ਲਈ ਇੱਕ ਸਟ੍ਰੇਂਜਰ ਹੈਗਾ, ਹੈ ਨਾ ਉਹ ਬੰਦਾ, ਕਿਉਂਕਿ ਹੋ ਜ਼ਰੂਰੀ ਨਹੀਂ ਹੈ ਕਿ ਅਸੀਂ ਹਰ ਮੈਨੇਜਰ ਨੂੰ ਜਾਣਦੇ ਹਾਂ। ਸੋ ਇੰਸ਼ੋਰੈਂਸ ਕੰਪਨੀ ਦਾ ਮੈਨੇਜਰ ਹੈ, ਹੋ ਸਕਦਾ ਸੀ ਉਹਨੂੰ ਨਹੀਂ ਜਾਣਦੇ, ਸੋ ਉਹ ਸਾਡੇ ਉੱਤੇ ਹਾਈ ਅਥਾਰਿਟੀ ਵੀ ਹੋਊਗੀ, ਸਾਡੇ ਉਹ ਕੀ ਹੋਇਆ ਸਾਡੇ ਵਾਸਤੇ ਸਟ੍ਰੇਂਜਰ ਵੀ। ਮਤਲਬ ਕਿ ਸਾਫ ਸ਼ਬਦਾਂ 'ਚ ਗੱਲ ਆਪਾਂ ਇਹ ਮਕਾਉਂਦੇ ਹਾਂ ਕਿ ਜਦੋਂ ਤੁਸੀਂ ਲੈਟਰ ਲਿਖਣਾ ਹੈ, ਇਹ ਦੇਖਣਾ ਹੈ ਵੀ ਲੈਟਰ ਮੈਂ ਕਿਹਨੂੰ ਲਿਖ ਰਿਹਾ। ਹੁਣ ਆਪਾਂ ਮੈਨੇਜਰ ਨੂੰ ਲਿਖ ਰਹੇ ਹਾਂ ਤਾਂ ਡੈਫੀਨੇਟਲੀ ਸੌਖੇ ਸ਼ਬਦਾਂ 'ਚ ਤਾਂ ਇਸ ਜਿਹੜਾ ਆਪਣਾ ਲੈਟਰ ਹੋ ਗਿਆ ਇਹ ਫਾਰਮਲ ਹੈ। ਜੇ ਕਿਸੇ ਚਾਚੇ ਤਾਏ ਨੂੰ ਲਿਖ ਰਹੇ ਹੁੰਦੇ ਬੱਚੇ ਜਾਂ ਕਿਸੇ ਨੂੰ ਵੀ ਲਿਖ ਰਹੇ ਹੁੰਦੇ, ਦੈਟ ਵਾਸ ਇਨਫਾਰਮਲ, ਬਟ ਇਹ ਜਿਹੜਾ ਆਪਣਾ ਹੋ ਗਿਆ ਦੈਟ ਇਜ਼ ਕਾਲਡ ਅ ਫਾਰਮਲ। ਸੋ ਬੱਚੇ ਆਪਣਾ ਇਹ ਹੋ ਗਿਆ ਫਾਰਮਲ। ਠੀਕ ਹੈ, ਤੇ ਕੰਟੈਂਟ ਸਾਨੂੰ ਕਲੀਅਰ ਕਿੱਦਾਂ ਹੋਇਆ ਕਿ ਇਹ ਫਾਰਮਲ ਆ? ਕਿਉਂਕਿ ਹਾਈ ਅਥਾਰਿਟੀ ਨੂੰ ਲਿਖਿਆ ਸੀ, ਸਾਨੂੰ ਕਲੀਅਰ ਹੋ ਗਿਆ ਹਾਈ ਅਥਾਰਿਟੀ, ਅਸੀਂ ਉਹਨੂੰ ਜਾਣਦੇ ਨੂੰ ਸਾਨੂੰ ਉਹਦਾ ਨਾਮ ਨਹੀਂ ਪਤਾ, ਦੈਟਸ ਵਾਈ ਯੂਅਰ ਲੈਟਰ ਇਜ਼ ਫਾਰਮਲ। ਮਤਲਬ ਕਿ ਰੈਸੀਪੀਐਂਟ ਤੋਂ ਸਾਨੂੰ ਸਟਾਈਲ ਵੀ ਕਲੀਅਰ ਹੋ ਗਿਆ। ਵੈਰੀ ਗੁੱਡ, ਬਹੁਤ ਅੱਛੇ ਤਰੀਕੇ ਨਾਲ। ਠੀਕ ਹੈ, ਤੇ ਲਾਸਟ ਆਪਣੇ ਕੋਲ ਬੱਚੇ ਰਹਿ ਗਏ, ਦੈਟ ਇਜ਼ ਕਾਲਡ ਅ ਕੰਟੈਂਟ। ਤਾਂ ਕੰਟੈਂਟ ਤੋਂ ਮਤਲਬ ਕੀ ਹੋ ਗਿਆ ਕਿ ਜੋ ਆਪਣੇ ਕੋਲ ਆਈਡੀਆ, ਵਟ ਵੀ ਆਰ ਗੋਇੰਗ ਟੂ ਰਾਈਟ, ਤਾਂ ਆਪਾਂ ਨੂੰ ਬੁਲੇਟ ਪੁਆਇੰਟ ਟਾਈਪ ਵੀ ਦਿੱਤਾ ਹੋਇਆ। ਹਾਂਜੀ, ਕੰਟੈਂਟ ਦਾ ਮੀਨਿੰਗ ਹੈਗਾ ਕਿ ਅਸੀਂ ਆਈਡੀਆਜ਼ ਤੇ ਜਾਣਾ, ਕਿ ਡਿਸਕ੍ਰਾਈਬ ਦੀ ਆਈਟਮ ਯੂ ਲੋਸਟ। ਅਸੀਂ ਕੀ ਦੇਖਾਂਗੇ? ਸਭ ਤੋਂ ਪਹਿਲਾਂ ਅਸੀਂ ਆਪਣੇ ਮਨ 'ਚ ਆਈਡੀਆ ਲੈ ਕੇ ਆਉਣਾ ਕਿ ਹਾਂ ਮੇਰੀ ਕਿਹੜੀ ਚੀਜ਼ ਗੁੰਮ ਹੋਈ ਆ। ਠੀਕ ਹੈ, ਤਾਂ ਕਹਿਣ ਦਾ ਮਤਲਬ ਕੀ ਹੋ ਗਿਆ ਬੱਚੇ ਕਿ ਕੰਟੈਂਟ ਦਾ ਮਤਲਬ ਕਿ ਨੀਚੇ ਜੋ ਆਪਾਂ ਨੂੰ ਦਿੱਤੇ ਹੋਏ ਆ ਬੁਲੇਟ ਪੁਆਇੰਟਸ, ਕਿ ਆਪਾਂ ਪੂਰੇ ਲੈਟਰ ਦੇ ਵਿੱਚ ਕੀ ਲਿਖਣਾ। ਲੈਟਰ ਨੂੰ ਲਿਖਣ ਤੋਂ ਪਹਿਲਾਂ ਆਪਣੇ ਕੋਲ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਨੇ। ਰੈਸੀਪੀਐਂਟ ਦਾ ਮਤਲਬ ਕਿ ਜਿਹੜਾ ਲੈਟਰ ਹੈ ਉਹ ਲਿਖਣਾ ਕਿਹਨੂੰ ਹੈ, ਜਦੋਂ ਲੈਟਰ ਪਤਾ ਲੱਗਿਆ ਕਿ ਕਿਹਨੂੰ ਲਿਖਣਾ, ਨਾਲ ਦੀ ਨਾਲ ਆਪਾਂ ਨੂੰ ਸਟਾਈਲ ਪਤਾ ਲੱਗ ਜੂ ਕਿ ਫਾਰਮਲ ਹੈ ਜਾਂ ਇਨਫੋਰਮਲ ਹੈ, ਅਤੇ ਥਰਡ ਹੋ ਗਿਆ ਕੰਟੈਂਟ। ਕੰਟੈਂਟ 'ਚ ਆਪਾਂ ਨੂੰ ਪਤਾ ਲੱਗਿਆ, ਮੈਂ ਦੱਸਣਾ ਕਿ ਕਿਹੜੀ ਆਈਟਮ ਖੋਈ ਸੀ, ਕਿਵੇਂ ਖੋਈ ਸੀ, ਅਤੇ ਹੁਣ ਕਰਨਾ ਕੀ ਹੈ, ਦੈਟਸ ਇਟ। ਠੀਕ ਹੈ, ਆਪਾਂ ਇੱਕ ਸਟੋਰੀ ਕ੍ਰੀਏਸ਼ਨ ਕਰ ਲਾਂਗੇ, ਜਿਵੇਂ ਕਿ ਡਿਸਕ੍ਰਾਈਬ ਆਈਟਮ ਹੈ ਨਾ, ਤਾਂ ਇੱਕ ਆਈਟਮ ਚੂਜ਼ ਕਰ ਲਾਂਗੇ, ਫਿਰ ਆਪਾਂ ਇਹ ਉਹਨਾਂ ਨੇ ਕਹਿੰਦੇ ਐਕਸਪਲੇਨ ਹਾਊ ਯੂ ਲੋਸਟ ਇਟ, ਉਹ ਗੁੰਮ ਕਿਵੇਂ ਹੋਈ। ਆਪਾਂ ਕੋਈ ਵੀ ਕੋਈ ਪਲੇਸ ਦੇਖ ਲਾਂਗੇ ਵੀ ਹਾਂ ਮੇਰੀ ਇੱਥੇ ਗੁੰਮ ਹੋਈ ਸੀ, ਫਿਰ ਆਪਾਂ ਇੰਸ਼ੋਰੈਂਸ ਕੰਪਨੀ ਨੂੰ ਕੀ ਕਹਿ ਸਕਦੇ, ਰਿਕੁਐਸਟ ਹੀ ਕਰ ਸਕਦੇ ਕਿ ਤੁਸੀਂ ਮੈਨੂੰ ਉਹਦਾ ਕਲੇਮ ਕਰ ਦਿਓ। ਤੇ ਡੈਫੀਨੇਟਲੀ ਤੁਸੀਂ ਇਹ 'ਚ ਕੋਈ ਇਹ ਨਹੀਂ ਹੁੰਦਾ ਕਿ ਪਰਮਾਨੈਂਟ, ਤੁਸੀਂ ਜਿਵੇਂ ਆਪਾਂ ਕਿਊ ਕਾਰਡ ਬੋਲਦੇ ਹੁੰਦੇ, ਕੋਈ ਗੱਲ ਝੂਠੀ ਵੀ ਹੋਊਗੀ ਤਾਂ ਬੋਲ ਸਕਦੇ ਹੋ, ਕੋਈ ਐਡਾ ਮੈਟਰ ਨਹੀਂ ਹੈਗਾ, ਤੁਸੀਂ ਹਰੇਕ ਗੱਲ ਨੂੰ ਟਰੱਸਟਵਰਦੀ ਹੋ ਕੇ ਸੱਚ ਦੱਸਣੇਗਾ। ਹਾਂਜੀ, ਕਿਉਂਕਿ ਕਈ ਵਾਰੀ ਜ਼ਰੂਰੀ ਨਹੀਂ ਨਾ ਸਾਡਾ ਕੁਝ ਗੁੰਮ ਹੋਇਆ ਜਾਂ ਅਸੀਂ ਲੈਟਰ ਲਿਖਿਆ, ਬਸ ਉਹਨਾਂ ਨੇ ਤਾਂ ਆਪਣੀ ਜਿਹੜਾ ਸਟਾਈਲ ਆ, ਹੈ ਨਾ, ਕ੍ਰਾਈਟੀਰੀਆ ਦੇਖਣਾ, ਨਥਿੰਗ ਐਲਸ। ਓਕੇ, ਚਲੋ ਆਪਾਂ ਲੈਟਰ ਨੂੰ ਸ਼ੁਰੂ ਕਰਦੇ ਹਾਂ। ਸਟਾਰਟਿੰਗ ਕੀ ਕੀਤੀ ਆਪਣੇ? ਡੀਅਰ ਸਰ। ਹਾਂਜੀ, ਦੇਖੋ ਜਦੋਂ ਵੀ ਅਸੀਂ ਫਾਰਮਲ ਲੈਟਰ ਲਿਖਾਂਗੇ, ਅਸੀਂ ਹਮੇਸ਼ਾ ਉਹਨੂੰ ਡੀਅਰ ਸਰ ਤੋਂ ਹੀ ਸਟਾਰਟ ਕਰਨਾ। ਪਰ ਆਪਾਂ, ਮੈਂ ਕਹਿੰਦਾ ਸਲੈਸ਼ ਪਾ ਕੇ ਨਾਲ ਮੈਡਮ ਵੀ ਪਾ ਸਕਦੇ ਹਾਂ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਸਲੈਸ਼ ਪਾ ਕੇ ਮੈਮ ਵੀ ਪਾ ਸਕਦੇ ਹੋ। ਠੀਕ ਹੈ, ਡੀਅਰ ਸਰ ਤੋਂ ਜਾਂ ਡੀਅਰ ਮੈਮ ਤੋਂ ਅਸੀਂ ਸਟਾਰਟ ਕਰਦੇ ਹਾਂ, ਕਿਉਂਕਿ ਅਸੀਂ ਉਹਨਾਂ ਨੂੰ ਪਰਸਨਲੀ ਨਹੀਂ ਜਾਣਦੇ ਹੈਗੇ, ਉਹ ਸਾਡੇ ਵਾਸਤੇ ਸਟ੍ਰੇਂਜਰ ਆ, ਹਾਈ ਅਥਾਰਿਟੀ, ਅਸੀਂ ਸਾਡਾ ਉਹਨਾਂ ਨੂੰ ਰਿਸਪੈਕਟ ਦੇਣਾ ਬਣਦਾ ਹੈ। ਤੇ ਮੈਂ ਸੋਚਦਾ ਵੀ ਸਭ ਤੋਂ ਪਹਿਲਾਂ ਆਪਾਂ ਸਟਰਕਚਰ ਦੇਖ ਲਈਏ। ਯੈਸ, ਐਗਜੈਕਟਲੀ। ਹਾਂਜੀ, ਸਭ ਤੋਂ ਪਹਿਲਾਂ ਤੁਸੀਂ ਸਟਰਕਚਰ ਦੇਖੋ। ਸਟਰਕਚਰ ਕੀ ਕਹਿ ਰਿਹਾ? ਡੀਅਰ ਸਰ ਔਰ ਸਲੈਸ਼ ਮੈਮ ਪਾਇਆ ਹੋਇਆ, ਉਹ ਤੋਂ ਤੁਹਾਨੂੰ ਕਲੀਅਰ ਹੋਇਆ ਕਿ ਸਰ ਔਰ ਮੈਮ ਲਿਖ ਸਕਦੇ, ਕੌਮਾ। ਉਸ ਤੋਂ ਬਾਅਦ ਆਪਾਂ ਲਿਖਾਂਗੇ ਸੈਕਿੰਡ ਤੇ ਸਟੇਟ ਦੀ ਪਰਪਸ, ਮਤਲਬ ਕਿ ਪਰਪਸ ਆਫ ਲੈਟਰ ਲਿਖਾਂਗੇ ਆਪਾਂ। ਜਿਹੜੇ ਮੈਨੇਜਰ ਆ ਉਹਨਾਂ ਨੂੰ ਕਹਾਂਗੇ ਕਿ ਮਤਲਬ ਅਸੀਂ ਰੀਜ਼ਨ ਦੱਸਾਂਗੇ ਕਿ ਅਸੀਂ ਤੁਹਾਨੂੰ ਲੈਟਰ ਕਿਉਂ ਲਿਖ ਰਹੇ ਹਾਂ। ਆਫਟਰ ਦੈਟ ਸਾਡਾ BP1 ਹੋਏਗਾ, ਜਿਹਦੇ 'ਚ ਆਪਾਂ ਕਵਾਂਗੇ, ਉਹਨੂੰ ਐਕਸਪਲੇਨ ਕਰਾਂਗੇ ਆਈਟਮ ਕਿਹੜੀ ਖੋਈ ਸੀ। ਯੈਸ, ਉਹਦੇ 'ਚ ਆਪਾਂ BP2 'ਚ ਲਿਖਾਂਗੇ ਕਿੱਥੇ ਗੁੰਮ ਹੋਇਆ ਅਤੇ ਕਿਵੇਂ ਗੁੰਮ ਹੋਇਆ। ਉਹਨੇ BP ਬਣਾ ਸਕਦੇ ਹਾਂ, ਤੇ ਕਿਸੇ ਨੂੰ ਕੋਈ ਪ੍ਰੈਸ਼ਰ ਨਹੀਂ ਹੈਗਾ ਕਿ ਇੱਕ BP 'ਚ ਖਤਮ ਕਰੋ, ਦੋ 'ਚ ਖਤਮ ਕਰੋ, ਦੈਟਸ ਯੂਅਰ ਵਿਸ਼। ਤੇ ਲਾਸਟ ਇੱਕ ਕਲੋਜ਼ਿੰਗ ਲਾਈਨ ਹੈ ਤਾਂ ਯੂਅਰ ਫੇਥਫੁਲੀ। ਜਦੋਂ ਆਪਾਂ ਫਾਰਮਲ ਲੈਟਰ ਲਿਖਦੇ ਹਾਂ ਤਾਂ ਆਪਾਂ ਨੂੰ ਪਤਾ ਹੀ ਆ ਕਿ ਆਪਾਂ ਫੇਥਫੁਲੀ ਜਾਂ ਮੈਂ ਇੱਕ ਆਈਡੀਆ ਦੇ ਸਕਦੇ ਇਹਦੇ ਵਾਸਤੇ, ਇੱਕ ਜਿਵੇਂ ਜੇ ਲੈਟਰ ਫਾਰਮਲ ਆ ਤਾਂ ਅਸੀਂ ਦੇਖੋ ਐਫ ਫਾਰਮਲ ਦਾ ਕਿੱਥੋਂ ਸਟਾਰਟ ਹੁੰਦਾ? ਐਫ ਤੋਂ ਸਟਾਰਟ ਹੁੰਦਾ। ਸੋ ਅਸੀਂ, ਸਾਨੂੰ ਯਾਦ ਰਹੇਗਾ ਕਿ ਜੇ ਫਾਰਮਲ ਲੈਟਰ ਆ ਤਾਂ ਫੇਥਫੁਲੀ ਲਿਖਣਾ, ਐਫ ਤੋਂ ਹੀ ਸਟਾਰਟ ਹੁੰਦਾ। ਠੀਕ ਹੈ, ਜਦੋਂ ਆਪਾਂ ਅੱਗੇ ਕੋਈ ਲੈਟਰ ਕਰਾਂਗੇ ਜਿਵੇਂ ਕਿ ਸੈਮੀ ਫਾਰਮਲ ਕਰਾਂਗੇ,
ਜਦ ਉਹ ਐਸ ਤੋਂ ਸਟਾਰਟ ਹੁੰਦਾ ਤੇ ਉਹਦੇ ਲਈ ਸਿੰਸੀਅਰਲੀ ਲਿਖਾਂਗੇ ਠੀਕ ਹੈ ਉਹ ਨੈਕਸਟ ਵੀਡੀਓਜ਼ ਦੇ ਵਿੱਚ ਆਪਾਂ ਗੱਲ ਕਰਾਂਗੇ ਆਈਡੀਆਜ਼ ਦੀ ਦੇਖੋ ਜਿਹੜੇ ਵੀ ਲੈਟਰਸ ਹੁੰਦੇ ਆ ਨਾ ਉਹਨਾਂ ਬੰਦੇ ਹੁਸ਼ਿਆਰ ਤੋਂ ਹੁਸ਼ਿਆਰ ਪਏ ਨੇ ਪਰੇ ਤੋਂ ਪਰੇ ਪਏ ਆ ਸਭ ਪਤਾ ਕੀ ਆ ਲੈਟਰਸ ਦੀ ਕੀ ਚੀਜ਼ ਆ ਕੰਟੈਂਟ 'ਚ ਗਲਤੀ ਆ ਨੋ ਇਸ਼ੂ ਗਲਤੀ ਕਿਹਦੇ 'ਚ ਨਹੀਂ ਹੋਣੀ ਚਾਹੀਦੀ ਸਟਾਈਲ ਜਿਹੜਾ ਕਿ ਸਟਾਈਲ ਸਹੀ ਆ ਤਾਂ ਤੁਸੀਂ ਅੱਛਾ ਸਕੋਰ ਗੈਟ ਕਰੋਗੇ ਸਟਾਈਲ ਗਲਤ ਆ ਤਾਂ ਪੂਰਾ ਲੈਟਰ ਗਲਤ ਹੈ ਕੰਟੈਂਟ ਐਂਡ ਜੇ ਉਹਦੇ 'ਚ ਕੋਈ ਗ੍ਰਾਮੈਟੀਕਲ ਐਰਰ ਆ ਤਾਂ ਵੀ ਕੋਈ ਇਸ਼ੂ ਨਹੀਂ ਆ ਠੀਕ ਹੈ ਪਰ ਕੰਟੈਂਟ ਦਾ ਜਿਹੜਾ ਹੈ ਨੂੰ ਛੱਡ ਕੇ ਬਾਕੀ ਚੀਜ਼ਾਂ 'ਤੇ ਤੁਸੀਂ ਫੋਕਸ ਕਰੋ ਚਲੋ ਆਪਾਂ ਕਿਵੇਂ ਲਿਖਿਆ ਡੀਅਰ ਸਰ ਆਪਾਂ ਪਹਿਲਾਂ ਦੱਸਿਆ ਤੁਸੀਂ ਮੈਮ ਵੀ ਲਿਖ ਸਕਦੇ ਹੋ ਦੈਟਸ ਇਟ ਆਈ ਐਮ ਰਾਈਟਿੰਗ ਟੂ ਇਨਫੋਰਮ ਯੂ ਦੈਟ ਆਈ ਹੈਵ ਰੀਸੈਂਟਲੀ ਲੋਸਟ ਮਾਈ ਡਿਜੀਟਲ ਕੈਮਰਾ ਆਪਾਂ ਕੋਈ ਵੀ ਚੀਜ਼ ਚੂਜ਼ ਕਰ ਸਕਦੇ ਸੀ ਤੇ ਅਸੀਂ ਡਿਜੀਟਲ ਕੈਮਰਾ ਨੂੰ ਚੂਜ਼ ਕੀਤਾ ਵਾਇਲ ਔਨ ਹੋਲੀਡੇ ਇਨ ਸ਼ਿਮਲਾ ਇਹ ਵੀ ਤੁਹਾਡੀ ਆਪਣੀ ਚੋਇਸ ਹੈ ਜੋ ਮਰਜ਼ੀ ਲਿਖ ਦਿਓ ਠੀਕ ਹੈ ਉਹ ਕਹਿੰਦੇ ਕਿ ਮਤਲਬ ਸਭ ਤੋਂ ਪਹਿਲਾਂ ਆਪਾਂ ਨੇ ਦੱਸਣਾ ਸੀ ਪਰਪਸ ਆਫ ਲੈਟਰ ਹੁਣ ਆਪਾਂ ਨੇ ਪਰਪਸ ਕਰਤਾ ਕਿ ਆਈ ਐਮ ਰਾਈਟਿੰਗ ਟੂ ਇਨਫੋਰਮ ਯੂ ਮੈਂ ਤੁਹਾਨੂੰ ਕਿਉਂ ਲਿਖ ਰਹੀ ਹਾਂ ਤੁਹਾਨੂੰ ਇਨਫੋਰਮ ਕਰਨ ਲਈ ਕਿ ਮੈਂ ਰੀਸੈਂਟਲੀ ਆਪਣਾ ਇੱਕ ਡਿਜੀਟਲ ਕੈਮਰਾ ਮੇਰਾ ਲੋਸਟ ਹੋ ਚੁੱਕਿਆ ਜਦੋਂ ਮੈਂ ਆਪਣੇ ਸ਼ਿਮਲਾ ਟੂਰ ਤੇ ਗਈ ਸੀ ਵੈਰੀ ਗੁੱਡ ਬੀਪੀ 1 ਚ ਆਪਾਂ ਨੇ ਸੱਸੀ ਕਿਹੜੀ ਆਈਟਮ ਖੋਈ ਹੈ ਹੈਨਾ ਹਾਂਜੀ ਓਕੇ ਦ ਕੈਮਰਾ ਇਜ਼ ਅ ਬਲੈਕ ਕੈਨਨ ਹਾਂਜੀ ਬਲੈਕ ਕੈਨਨ ਦਾ ਕੈਮਰਾ ਐਂਡ ਇਟ ਕੋਸਟ $1,500 ਵੈਨ ਆਈ ਬਾਊਟ ਇਟ ਲਾਸਟ ਮੰਥ ਹਾਂਜੀ ਉਹ ਕਹਿੰਦੇ ਕਿ ਜਿਹੜਾ ਕੈਮਰਾ ਦੈਟ ਇਜ਼ ਬਲੈਕ ਇਨ ਕਲਰ ਬਲੈਕ ਕਲਰ ਦਾ ਵਾ ਤੇ ਉਹ ਨਾ ਮੈਂ $1,500 ਦਾ ਲਿਆ ਸੀ ਲਾਸਟ ਮੰਥ ਕਿਉਂਕਿ ਦੇਖੋ ਪ੍ਰਾਈਜ਼ਸ ਚੇਂਜ ਹੁੰਦੇ ਰਹਿੰਦੇ ਆ ਨਾ ਸੋ ਆਪਾਂ ਦੱਸ ਤਾਂ ਦੋ ਲਿਆ ਸੀ ਤਾਂ ਕਿਉਂਕਿ ਆਪਾਂ ਨੇ ਤਾਂ ਉਹਦੇ ਅਕੋਰਡਿੰਗਲੀ ਕਲੇਮ ਲੈਣਾ ਤੁਸੀਂ ਆਪਣੀ ਮਰਜ਼ੀ ਦੀ ਕੋਈ ਵੀ ਚੀਜ਼ ਗਵਾ ਸਕਦੇ ਹੋ ਇਹ ਕੋਈ ਇਸ਼ੂ ਨਹੀਂ ਹੈਗਾ ਕਿ ਤੁਸੀਂ ਕੈਮਰੇ ਬਾਰੇ ਹੀ ਲਿਖਣਾ ਹੈਗਾ ਇਟ ਹੈਜ਼ ਅ ਰੈਜ਼ੋਲਿਊਸ਼ਨ ਆਫ 20 megapixel ਐਂਡ ਵਾਜ਼ ਇਨ ਅ ਬਰਾਊਨ ਲੈਦਰ ਕੇਸ ਵਿਦ ਮਾਈ ਨੇਮ ਔਨ ਇਟ ਹਾਂਜੀ ਉਹ ਕਹਿੰਦੇ ਕਿ ਜਿਹੜਾ ਕੈਮਰਾ ਉਹਦੀ ਰੈਜ਼ੋਲਿਊਸ਼ਨ ਆ 20 megapixel ਆ ਜੇ ਆਪਾਂ ਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ ਤਾਂ ਅਸੀਂ ਇਗਨੋਰ ਵੀ ਕਰ ਸਕਦੇ ਹਾਂ ਕੋਈ ਜ਼ਰੂਰੀ ਨਹੀਂ ਆ ਚੀਜ਼ ਸਿਰਫ ਉਹ ਲਿਖੋ ਜਿਹਦੀ ਨੌਲੇਜ ਹੈ ਤੁਹਾਨੂੰ ਐਂਡ ਉਹਦਾ ਇੱਕ ਬਲੈਕ ਕਲਰ ਦੇ ਲੈਦਰ ਕੇਸ ਦੇ ਵਿੱਚ ਹੈਗਾ ਜਿਹਦੇ ਉੱਪਰ ਮੇਰਾ ਨਾਮ ਲਿਖਿਆ ਹੋਇਆ ਟੂ ਬੀ ਵੈਰੀ ਓਨੈਸਟ ਕਿਸੇ ਗੱਲ ਨੂੰ ਲੰਬਾ ਖਿੱਚਣਾ ਹੈ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ ਇਸ ਤੋਂ ਵੱਧ ਕੁਛ ਨਹੀਂ ਹੈਗਾ ਹੁਣ ਬੀਪੀ 2 ਚ ਕੀ ਦੱਸਣਾ ਹੈਗਾ ਕਿ ਗੁੰਮਿਆ ਕਿਵੇਂ ਸੀਗਾ ਹੈਨਾ ਪਹਿਲਾਂ ਦੱਸਦਾ ਕਿਹੜਾ ਗੁੰਮ ਕੀ ਚੀਜ਼ ਗੁੰਮੀ ਸੀ ਕੈਮਰਾ ਗੁੰਮਿਆ ਕਿਵੇਂ ਸੀ ਦੇਖ ਰਹੇ ਹਾਂ ਆਈ ਲੋਸਟ ਇਟ ਵੈਨ ਆਈ ਵਾਜ਼ ਹੈਵਿੰਗ ਕਾਫੀ ਵਿਦ ਮਾਈ ਹਸਬੈਂਡ ਇਨ ਕੈਫੇ ਕਾਫੀ ਡੇ ਮਤਲਬ ਕਿ CCD ਹੋ ਗਿਆ ਤੁਸੀਂ ਕੈਫੇ ਕਾਫੀ ਡੇ ਪਾ ਲਿਆ ਔਨ ਕੈਫੇ ਔਨ ਆਪਾਂ ਸਾਰਾ ਕੁਛ ਦੱਸਤਾ ਮੈਂ ਕੈਫੇ ਕਾਫੀ ਡੇ ਚ ਬੈਠੀ ਸੀ ਇਹਦੇ ਤੋਂ ਪਤਾ ਲੱਗ ਗਿਆ ਕਿ ਉਹ ਦੁਕਾਨ ਤੇ ਆਪਣਾ ਕਨਫਰਮ ਵੀ ਕਰ ਸਕਦੇ ਆ ਜਾਂ ਫਿਰ ਆਪਾਂ ਉਹਨਾਂ ਨੂੰ ਇਹ ਵੀ ਦੱਸਤਾ ਕਿ ਮੈਂ ਸ਼ਿਮਲਾ ਦੀ ਗੱਲ ਹੈ ਇਹ ਪਲੇਸ ਵੀ ਦੱਸਤੀ ਕਿੱਥੇ ਬੈਠੇ ਸੀਗੇ ਔਰ ਕਿੰਨੀ ਦੇਰ ਲਈ ਆਪਾਂ ਕਹਿ ਰਹੇ ਹਾਂ ਕਿ ਉਹ ਅਸੀਂ ਉੱਥੇ 45 minutes ਲਈ ਬੈਠੇ ਰਹੇ ਤੇ ਉਸ ਤੋਂ ਬਾਅਦ ਮੈਂ ਦੇਖਿਆ ਆਈ ਨੋਟਿਸ ਦੈਟ ਇਟ ਵਾਸ ਮਿਸਿੰਗ ਉੱਥੇ ਉਹ ਗੁੰਮ ਹੋ ਚੁੱਕਿਆ ਸੀ ਲਾਸਟ ਆਪ ਰਹਿ ਗਿਆ ਆਪਣੇ ਕੋਲ ਬੁਲੇਟ ਪੁਆਇੰਟ ਰਾਸ ਕੀ ਆਪਣਾ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ ਕੰਪਨੀ ਨੂੰ ਕੀ ਕਹਿੰਦੇ ਹਾਂ ਆਈ ਐਮ ਐਂਟਾਈਟਲਡ ਟੂ ਮੇਕ ਅ ਕਲੇਮ ਫਾਰ ਦਾ ਵੈਲਿਊ ਆਫ ਦਾ ਅਬਵ ਮੈਂਸ਼ਨਡ ਆਈਟਮ ਹਾਂਜੀ ਕਹਿੰਦੇ ਕਿ ਹੁਣ ਮੈਂ ਦੇਖੋ ਲਾਸਟ ਦੇ ਵਿੱਚ ਉਹਨੇ ਕਹਿਤਾ ਕਿ ਮੈਂ ਕੀ ਹੈ ਕਲੇਮ ਕਰਨਾ ਚਾਹੁੰਦੀ ਹਾਂ ਕਿ ਜਿਹੜੀ ਮੈਂ ਅਬਵ ਮੈਂਸ਼ਨ ਕੀਤੀ ਆ ਆਲਰੇਡੀ ਮੈਂਸ਼ਨ ਕਰਤਾ ਸੀ ਕੈਮਰਾ ਬਾਰੇ ਤਾਂ ਸਾਨੂੰ ਵਾਰ ਵਾਰ ਦੱਸਣ ਦੀ ਜ਼ਰੂਰਤ ਨਹੀਂ ਆ ਕਿ ਮੈਂ ਆਲਰੇਡੀ ਮੈਂਸ਼ਨ ਕੀਤਾ ਤੇ ਕੈਮਰਾ ਬਾਰੇ ਮਤਲਬ ਮੈਂ ਉਹਦਾ ਕਲੇਮ ਲੈਣਾ ਚਾਹੁੰਦੀ ਹਾਂ ਐਂਡ ਰਿਕੁਐਸਟ ਦੈਟ ਯੂ ਸੈਂਡ ਮੀ ਡਿਟੇਲਸ ਔਨ ਵਟ ਆਈ ਨੀਡ ਟੂ ਡੂ ਇਨ ਆਰਡਰ ਟੂ ਪ੍ਰੋਸੀਡ ਹਾਂਜੀ ਤੇ ਕਹਿੰਦੇ ਕਿ ਮੈਂ ਤੁਹਾਨੂੰ ਰਿਕੁਐਸਟ ਕਰਦੀ ਹਾਂ ਕਿ ਮੈਨੂੰ ਡਿਟੇਲਸ ਦਿਓ ਤਾਂ ਕਿ ਮਤਲਬ ਮੈਨੂੰ ਪਤਾ ਲੱਗੇ ਕਿ ਅੱਗੇ ਕੀ ਕਰਨਾ ਵਟ ਆਈ ਨੀਡ ਟੂ ਡੂ ਇਨ ਆਰਡਰ ਟੂ ਪ੍ਰੋਸੀਡ ਅੱਗੇ ਕਲੇਮ ਲੈਣ ਲਈ ਹੁਣ ਦੇਖੋ ਆਪਾਂ ਇੱਕ ਲੈਟਰ ਲਿਖਿਆ ਨਾਲ ਦੀ ਨਾਲ ਤਾਂ ਕਲੇਮ ਮਿਲੂਗਾ ਹੀ ਨਹੀਂ ਪਹਿਲਾਂ ਕਨਫਰਮੇਸ਼ਨ ਵੀ ਕਰਨਗੇ ਨਾ ਕਿ ਗੁੰਮ ਹੋਇਆ ਵੀ ਹੈ ਕਿ ਨਹੀਂ ਹੋਇਆ ਇਸੇ ਕਰਕੇ ਆਪਾਂ ਪਿੱਛੇ ਆਪਣੀ ਐਡਰੈਸ ਵਗੈਰਾ ਦੱਸਿਆ ਸੀ ਸਾਰਾ ਕੁਛ ਵੀ ਇੱਥੋਂ ਦੀ ਗੱਲ ਹੈ ਇੱਦਾਂ ਇੱਦਾਂ ਸੋ ਕਨਫਰਮੇਸ਼ਨ ਕਰਨਗੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਮੈਨੂੰ ਦੱਸੋ ਕਿ ਅੱਗੇ ਮੈਂ ਕੀ ਪ੍ਰੋਸੀਡ ਕਰਨਾ ਆਰਡਰ ਮੇਰਾ ਕਲੇਮ ਲੈਣ ਲਈ ਮੈਨੂੰ ਕੀ ਕਰਨਾ ਪਏਗਾ ਲਾਸਟ ਆਪਾਂ ਕਲੋਜ਼ਿੰਗ ਲਾਈਨ ਕਰ ਰਹੇ ਹਾਂ ਆਈ ਲੁੱਕ ਫਾਰਵਰਡ ਟੂ ਹੀਅਰਿੰਗ ਫਰੋਮ ਯੂ ਹਾਂਜੀ ਕਹਿੰਦੇ ਕਿ ਮੈਂ ਹੁਣ ਅੱਗੇ ਮਤਲਬ ਤੁਹਾਡੀ ਰਿਪਲਾਈ ਦੀ ਵੱਲ
वेट कर रहे वेट हैं। कर रही हूँ है ना कि हेयरिंग फ्रॉम यूथ, मैं देख रही हूँ कि तुसी मेरे नाल कदों रिप्लाई करते हो। योर्स फेथफुली नवनीत कौर। हाँ जी, हुण नवनीत कौर लिखण दा पूरा रीजन की है, क्योंकि मैं तुहानूं दसना चाहती सी कि इत्थे फुल नेम लिखना है तुसी। फुल नेम मतलब तुहाडा नाम रमनदीप शर्मा, तो तुसी कंप्लीट रमनदीप शर्मा लिखोगे, पर कई लैटर्स दे विच जिवें इनफॉर्मल आ उहदे विच नहीं लिखते। सो याद रखना कि जिहड़ा फॉर्मल लैटर आ उह खत्म हुंदा योर्स फेथफुली तों, प्लस ओदे च असी अपना फुल नेम लिखना जो भी थोड़ा कंप्लीट फुल नेम हैगा। मतलब साफ शब्दों में खत्म करा ना मैं लैटर नू, सब तो पहला अपने डियर सर या स्लैश पा के मैम लिख लिया, आपा सब तो पहला उन्होंने स्टार्टिंग कर लिया कि मैं जिहड़ा लैटर लिखन लग्या जां लगी हां ये डिजिटल कैमरा गुमया मेरा शिमला दे विच। चलो बीपी वन दे विच मैं की एक्सप्लेन किया कि एक कैमरा इन्नी कीमत है, तुसीं उहदे कलर बारे दस सकते हो, मैगापिक्सल बारे दसो, मतलब कि उहदे डिटेल च दस सकते हो भी की चीज़ सीगी। बीपी टू च गुमया किवें, कोई बंदा कैफे कॉफी डी पी रहा, कोई बंदा जो मर्जी करे, मैं कितने होर बैठा सीगा ना, ट्रेन च गुम गया, बस च गुम गया, कुछ नहीं कह सकते, अपनी विश है। ते लास्ट जिहड़ा थर्ड है, तां आपां डेफिनेटली उन्हां नूं रिक्वेस्ट ये कर सकते हैं, हुण आपां उन्हां नूं रोक थोड़ी मार सकते हैं, सानूं लभा के दे की करो, तां उन्हें कहा कि मैनूं क्लेम करा जाए जिन्ने मेरा पैसे की आइटम सीगी, तां उहदे मैनूं जो पैसे ने उह दित्ते जाण, ते मैं जिवें अपना प्रोसीजर शुरू करां तां मैनूं इहदे डिटेल्स वगैरह दस दो। ते लास्ट आपां इहनूं फिनिश कीता, आई लुक फॉरवर्ड टू हीयरिंग फ्रॉम यू। मैं कहिंदा बहुत सारे लैटर्स दे विच आ लाइन सर, मैं तां सगो काफ़ी बच्चों नूं इह हुंदा वी क्लोजिंग लाइन दस दो की होएगी, क्लोजिंग लाइन की होएगी। मैं तुहानूं गल कहां, फॉर्मल इनफॉर्मल सैमी फॉर्मल सारे चलती है, तुसी सिर्फ इन्हें रट लो तो सर जूगा सारे लैटर्स। वेरी गुड, आई लुक फॉरवर्ड टू हीयरिंग फ्रॉम यू। मैं बस वेट है हम ताडे रिप्लाई दी, ठीक है, यूर फेथफुली। तो बस यही है कि इनफॉर्मल दे विच यूर लविंगली बन सकदा है। हाँ जी, हुण तुसी मैनेजर नूं यूर लविंगली नहीं कह सकते ना, बिल्कुल बिल्कुल कुछ भी कह सकते। सो उम्मीद करांगे कि असी अपने वालों बेस्ट दिता जी, तुहानूं बड़ा वधिया तरीके नाल समझ आया होगा ये लैटर सीगा। जे पसंद आए तो काइंडली लाइक बटन जरूर दबो, तो जे नहीं पसंद आया तो डिसलाइक भी दबो, फिर मैं नैक्सट टाइम तो लैटर की कदम वीडियो नहीं बनाऊंगा, ठीक है। एंड जिदा फॉर्मल हैगा असी कोशिश करांगे असी बाकी जिहड़ियां टाइप्स आ उह भी तुहानूं क्लीयर करिए, क्योंकि एग्जाम च तां कोई भी आ सकदी आ। फॉर्मल हो चुका, सैमी फॉर्मल एंड इनफॉर्मल ते भी वीडियो बनाने की पूरी कोशिश करा। जिहड़े बच्चे साडे तों ऑनलाइन क्लासिस की डिमांड करते हैं, तो मेरा बैच इस टाइम चल रहा है, तो बहुत वधिया नीयर बाय मैं कहना मेरे को 30+ जिहड़े कैनेडा दे स्टूडेंट ने, तो ओवरऑल 70-80 बच्चे मेरे को ऑनलाइन पढ़ रहे हैं, तो उन्होंने एक्सपीरियंस बहुत वधिया जा रहेगा। मेरा ये नंबर है बच्चे, तो काइंडली इस नंबर के उत्ते टैक्सट उ बच्चा करे ओनली फॉर एडमिशन। जेकर किसी बच्चे को यह लग रहा ना भी सर डेमो, देखो मैं यूट्यूब के उत्ते अपन ऑनलाइन क्लासिस वीडियोज़ ऑलरेडी अपलोड करदा, तो तुहानूं उत्थों जजमेंट हो जाएगी कि एक ट्रेनर जिहड़ा उह पढ़ाउंदा किवें हैगा। जेकर तुसीं एडमिशन लेनी है तो इस नंबर से टैक्सट कर सकते हो, नाल दी नाल तुहानूं डिटेल्स आ जाणगियां। जेकर एडमिशन कई बार बच्चे ना मैं रिप्लाई नहीं कर पाउंदा, प्लीज़ मेरी हैल्प कर दो इस मॉड्यूल दे विच उस मॉड्यूल दे, मेरा हैक्टिक स्केड्यूल है, मैं किसी भी बच्चे का टैक्सट है जिहड़ा वो कदें भी इग्नोर नहीं करता। सो काइंडली मैनूं इन्ना अंडरस्टैंड करो, क्योंकि सारा दिन मेरा बिजी हुंदा इत्थे इंस्टीट्यूट दे विच, उस तों बाद मैं अपना ऑनलाइन क्लासिस नूं पढ़ाउंदा, ते फिर उस तों बाद मैनूं वीडियो भी बनाउणी पैंदी, थोड़ा बहुत टाइम मैनूं अपनी फैमिली नाल भी स्पेंड करना पैंदा है। तो मैं डेफिनेटली यह चाहुंदा कि जिहड़े बच्चे ने ऑनलाइन क्लास लैनी है इस नंबर के उत्ते टैक्सट करो, तो मेरा टाइम है जिहड़ा वो बच्चे 6 to 8 हैगा इंडियन टाइम हैगा, तो जे फिर भी किसी बच्चे को टाइम की प्रॉब्लम आती है तो मेरा पूरा जिहड़ा लैक्चर है वो रिकॉर्डेड है जिहड़ा वो तुहानूं मिल जाएगा टैलीग्राम के उत्ते। सो विदिन 1 month या 1.5 month या 2 month के अपने जिहड़ा बहुत अच्छे तरीके प्रिपेयर कर सकते होगे। तो वीडियो पसंद आई तो जरूर तुसीं चैनल नूं सबसक्राइब करो, बैल आइकन नूं प्रेस करो, तो अपने दोस्त मित्र नूं अगे तो अगे वीडियो नूं शेयर करो। सो थैंक यू वेरी मच, तो जिन्हें जिन्हें आ वीडियो बहुत ध्यान नाल देखे, मैं दिलों दुआ देना कि उन्होंने PR बहुत छेती मिले। थैंक यू सो मच, लव यू, रिस्पैक्ट यू।